Vai. 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 Bajo. Vai. 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 Vahe Guru. Vahe Guru. Vahe Guru, Vahe Guru. Vahe Guru, Vahe Guru.
ਵਾਹਿਗੁਰੂ 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 ਨਿਲਜਿਓ ਕੀ
ਨੀਰਜ ਗੁਰੂ ਨਿਪਤਿਓਂ ਕੀ ਪਤ ਗੁਰੂ ਨਿਆਸਰਿਓਂ ਕਾ ਆਸਰਾ ਗੁਰੂ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਸਤਿਗੁਰ ਆਇਓ ਸ਼ਰਨ ਤੁਹਾਰੀ 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 ਮਿਲੈ ਸੁਖ ਨਾਮ ਹਰ ਸੋਬਾ ਮਿਲੈ ਸੁਖ ਨਾਮ ਹਰ ਸੋਬਾ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਏ ਹਮਾਰੀ ਚਿੰਤਾ ਲਾਏ ਹਮਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਅਵਰ ਨ ਸੂਜੈ ਦੂਜੀ ਠਾਹਰ ਅਵਰ ਨ ਸੂਜੈ ਦੂਜੀ ਠਾਹਰ ਹਰ ਲੇਖਾ ਛੋਡ ਅਲੇਖ ਛੂਟ ਲੇਖਾ ਛੋਡ ਅਲੇਖ ਛੂਟ ਛੋਟ ਅਲੇਖ ਛੂਟ ਹਮ ਨਿਰਗੁਣ ਲੈ ਹੋਇ ਬਾਰੀ ਹਮ ਨਿਰਗੁਣ ਲੈ ਹੋਇ ਬਾਰੀ ਹਮ ਨਿਰਗੁਣ ਲੈ ਹੋ
ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ। ਸਦ ਬਖਸ਼ੰਦ ਸਦਾ ਮਿਹਰਬਾਨਾ, ਸਦ ਬਖਸ਼ੰਦ ਸਦਾ ਗਾ ਗਾ ਰੇ ਸਾ 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 ਨੀ ਸਾ ਦਾ ਨੀ 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 ਦਾ 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 ਮਾ 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 ਗਮ ਦਾ 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 ਮਾ 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 ਗਾ 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 ਰੇ ਗਾ ਰੇ ਸਾ ਰੇ ਗਾ ਰੇ ਸਾ। ਸਤ ਬਖਸ਼ੰਦ ਸਦਾ ਮਿਹਰਬਾਨਾ, ਸਤ ਬਖਸ਼ੰਦ ਸਤ ਬਖਸ਼ੰਦ ਸਦਾ ਮਿਹਰਬਾਨਾ, ਸਤ ਬਖਸ਼ੰਦ ਸਦਾ ਮਿਹਰਬਾਨਾ, ਗਰ ਗਾ ਗਾ ਗਰ ਗਾ ਗਰ ਗਾ ਗਰ ਗਾ ਗਰ ਗਰ ਗਾ 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 ਸਰੇ ਰੇ 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 ਦਾ ਸਰੇ ਗਾ ਗਾ ਗਰ ਗਮ ਮਮ ਗਮ ਦਦ ਦਦ ਮਦ ਨੀ ਨੀ ਸਤ ਬਖਸ਼ੰਦ ਸਦਾ ਮਿਹਰਬਾਨਾ, ਸਦ ਬਖਸ਼ੰਦ ਸਦਾ ਸਾਰੇ ਗਾ ਗਾ ਗਰ ਗਰ ਸਾ ਸਾ ਸਨੀ ਸਦਾ ਨੀ ਦਮ ਗਾ 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 ਗਰ ਗਰ ਸਾ। ਸਦ ਬਖਸ਼ੰਦ ਸਦਾ ਸਦ ਬਖਸ਼ੰਦ ਸਦਾ ਮਿਹਰਬਾਨਾ, ਸਦਾ ਮਿਹਰਬਾਨਾ ਸਦ ਬਖਸ਼ੰਦ ਸਦਾ ਸਭਨਾ ਦੇ ਅਦਾਰੀ, ਨਾਨਕ ਦਾਸ ਸੰਤ ਪਾਛੇ ਪਰਿਆ, ਨਾਨਕ ਦਾਸ ਸੰਤ ਨਾਨਕ ਦਾਸ ਸੰਤ ਪਾਛੇ ਗਾ ਗਾ ਗਰੇ ਗਰੇ ਦਾ ਅਲੰਗ ਸਾ।
ਸੰਤ ਪਾਛੈ ਪਰਿਓ ਨਾਨਕ ਦਾ ਨਾਨਕ ਦਾ ਸੰਤ ਪਾਛੈ ਪਰਿਓ ਨਾਨਕ ਦਾ ਸੰਤ ਸਰ ਗਗ ਗਗ ਰਿ ਗਮ ਮਮ ਮਮ ਗਮ ਦਦ ਦਦ ਮਦ ਨਿ 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 ਰੱਖ ਲੈ ਖਾਗੇ ਵਪਾਰੀ ਰੱਖ ਲੈ ਖਾਗੇ ਵਪਾਰੀ ਰੱਖ ਲੈ ਹੋਵੇ ਵਪਾਰੀ ਰੱਖ ਲੈ ਹੋਵੇ ਵਪਾਰੀ ਸਤਿਗੁਰ ਆਏ ਸ਼ਰਨ ਤੁਹਾਰੀ ਸਤਿਗੁਰ ਆਏ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਚਿੰਤਾ ਲਾਏ ਹਮਾਰੀ ਸਤਿਗੁਰ ਆਏ ਸ਼ਰਨ ਤੁਹਾਰੀ ਸਤਿਗੁਰ ਆਏ ਸ਼ਰਨ ਤੁਹਾਰੀ ਸਤਿਗੁਰ ਆਇਓ ਸਤਿਗੁਰ ਆਇਓ ਸਤਿਗੁਰ ਆਇਓ ਸ਼ਰਨ ਤੁਹਾਰੀ ਥੋੜਾ ਮੋਨੀਟਰ ਕੀ ਆਵਾਜ਼ ਬਣਾਏ ਸੁਣਾਈ ਨਹੀਂ ਦੇ ਰਿਹਾ ਕੁਛ ਮੋਨੀਟਰ ਬੜਾ ਦੇ ਅੱਗੇ ਵਾਲੇ ਪਿੱਛੇ ਵਾਲੇ ਦੋਨੋਂ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਥੋੜੀ ਹਾਰਮੋਨੀਅਮ ਬੜਾ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਸਭੇ ਜੀ ਸਮਾ ਆਪਣੀ ਮਿਹਰ ਕਰ ਸਭੇ ਜੀ ਸਮਾ
अन्न पानी मुझ उपाए मुझ उपाए अन्न पानी मुझ उपाए मुझ उपाए दुख दालिद पन कर दुख दालिद पन कर दुख दालिद पन कर दुख दालिद पन कर अपनी मेहर कर अपनी मेहर कर अपनी मेहर कर अपनी मेहर कर अरदास सुनी दातार अरदास सुनी दातार अरदास सुनी अरदास सुनी दातार सुनी दातार अरदास सुनी दातार सुनी दातार अरदास सुनी दातार कंठ लगाए
भोले वो कंठ लगाए, कंठ लगाए अपदा सब हर, अपदा सब हर, अपदा सब हर, अपदा सब हर, अपनी मेहर कर, अपनी मेहर कर, अपनी मेहर कर, अपनी मेहर कर, सफल कर प्रभु का, सफल कर नानक नाम ते आए, नाम ते आए, नानक नाम ते आए, नाम ते आए, रब का सफल कर, रब का सफल कर, रब का सफल कर, रब का सफल कर, अपनी मेहर कर, up
ਸਤਸੰਗ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ। ਹਰ ਸਾਲ ਦੀ ਤਰ੍ਹਾਂ ਹਿਨ ਸਾਲ ਵੀ ਤਾਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਜੜਾ ਬੈਠਾ ਹੋ। ਬਾਬਾ ਮੂਲ ਸਿੰਘ ਜੀ ਯਾਦ ਨੂੰ ਸੰਤ ਸੰਤ ਦੀ ਵੱਡੀ ਡੈਫੀਨੇਸ਼ਨ ਆ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿਣ ਟਿਕਣ ਨਾ ਪਾਈ। ਪਰ ਸੰਤ ਕਿਹੜੋ ਅਸੀਂ ਜੇ ਕੇ ਗੱਦੀ ਤੇ ਰਿਸਦਾ ਚੰਦੋ ਹੀ ਸੰਤ ਆ ਨਾ। ਪਹਿਲੇ ਗੁਣ ਦਿਸੋ, ਕਹਿ ਦੁਕਾਨ ਦਾ ਕੋਈ ਚੀਜ਼ ਵਠਣ ਵੇਂਦਾ ਉਹਨੇ ਤਬੀ ਦਿਸਦਾ ਦੁਕਾਨ ਦੇ ਕਿਤਰੀ ਚੀਜ਼ ਆਹੇ ਕਿਤਰੋ ਇਹਨੇ ਦੁਕਾਨ ਤੇ ਸਮਾਨ ਪਾਇਆ। ਅਗਰ ਕਿਤੇ ਪੋਲਿਸੀ ਵੀ ਦੇਣ ਵੇਂਦਾ ਉਹਨੇ ਬੀਮਾ ਪੋਲਿਸੀ ਉਹ ਵੀ ਦਿਸਦਾ ਅਸਾਂਖੇ ਫਾਇਦੋ ਕਿਤਰੋ ਦਿੰਦੀ। ਬੈਂਕ ਅਕਾਊਂਟ ਖੋਲਦਾ ਤਬੀ ਦਿਸਦਾ ਬੈਂਕ ਪ੍ਰੋਫਿਟ ਕਿਤਰੋ ਦਿੰਦੀ। ਤਾਂ ਜੰਹਿੰਖੇ ਪੇਰੇ ਪਉ ਥਾ ਨਮਸਕਾਰ ਕਿਉਂ ਦਾ ਉਨਮੇਂ ਇਹੋ ਵੀ ਦਿਸੋ ਕਿ ਜੰਹਿੰਖੇ ਪੇਰੇ ਪਉ ਤਾਂ ਉਨਮੇਂ ਗੁਣ ਕਿਤਰਾ ਹੈ। ਸੰਤ ਸੱਸੇ ਸਾਂ ਸਿਮਰਨ, ਨੰਨੇ ਸਾਂ ਨਿਮਰਤਾ, ਤੱਤੇ ਸਾਂ ਤਿਆਗ, ਇਹੋ ਸੰਤ ਜੋ ਜੀਵਨ ਹੈ। ਜੈਵੇਂ ਇਹ ਗੁਣ ਹੋਜਨ ਉਹ ਸੰਤ ਸਿਮਰਨ। ਬਾਬਾ ਨੰਦ ਸਿੰਘ ਚਾਰ ਚਾਰ ਘੰਟਾ ਸਿਮਰਨ ਕਹਿੰਦਾ, ਏਡੋ ਸਿਮਰਨ ਜੇ ਕਿਤੇ ਹਲਦਾ ਵੀ ਆ ਨਾ, ਹਿਕੜੋ ਕਦਮ ਵੀ ਹਲਦਾ ਨਾ, ਤਬ ਜਪਦਾ ਹੋਇਆ ਸਤਨਾਮ ਸ਼੍ਰੀ ਚਾਰ ਚਾਰ ਘੰਟਾ। ਨਿਮਰਤਾ ਨਿਮਰਤਾ ਏਡੀ ਬਾਬਾ ਨੰਦ ਸਿੰਘ ਮੇ ਕਿਹੜੇ ਨੀ ਦਰਬਾਰ ਠਹਿਣ ਪਿਆ, ਗੁਰਦੁਆਰੋ ਠਹਿਣ ਪਿਆ ਜੀ। ਬਾਬਾ ਨੰਦ ਸਿੰਘ ਪਹਿਰੀ ਇੱਟ ਰੱਖੀ, ਪਹਿਰੀ ਸਿਰ ਰੱਖੀ ਨਾ, ਤੇ ਇੱਕ ਦੀਵਾਰ ਤਿਆਰ ਕੀ ਜੀ। ਦੀਵਾਰ ਤਿਆਰ ਕੀ ਤੇ ਪਾੜੇ ਵਾਲਾ ਕੁਛ ਜਿਨਗੇ ਗੁਰਦੁਆਰੇ ਖਾਂ ਐਤਰਾਜ਼ ਹੋਇਓ ਵੀ ਜਿਨ ਜੀ ਆ ਸੋਚ ਕਿ ਗੁਰਦੁਆਰੋ ਨਾ ਠਹਿ, ਉਹਨਾਂ ਛਾ ਕੇ ਸਤਸੰਗ ਜੀ ਹਥੋੜਾ ਖਣੀ ਆਇਆ, ਸਜੀ ਦੀਵਾਰ ਟੋੜੇ ਕਰੇ ਹਲਿਆ ਗਿਆ, ਸਜੀ ਦੀਵਾਰ ਬਣੀ ਆ। ਬਾਬਾ ਨੰਦ ਸਿੰਘ ਦੀ ਨਿਮਰਤਾ ਦਿਸੋ, ਸਾਹਮੂ ਦੀਵਾਰ ਟੋੜਨ ਦਾ ਬਾਬਾ ਨੰਦ ਸਿੰਘ ਖਬਰ ਆ ਉਹਨਾਂ ਕੇ ਛਾ ਥੋ ਜੇ ਚੇਤੋ ਦੀਵਾਰ ਟੋੜੇ ਥੱਕੀ ਪਿਆ ਹੁੰਦਾ, ਕਿਰਪਾ ਕਰੋ ਅਚੋ ਲੰਗਰ ਖਾਓ ਗੁਰੂ ਜੀ ਸਤਨਾਮ ਸ਼੍ਰੀ। ਏਡੀ ਨਿਮਰਤਾ ਉਹ ਜੇ ਕੋ ਨੁਕਸਾਨ ਦਾ ਕਨ ਉਹਨਾਂ ਕੇ ਕੁਝ ਨਾ ਚਾਹੁੰਦਾ ਵੀ ਜੇ ਦੀਵਾਰ ਟੋੜੇ ਥੱਕੀ ਪਿਆ ਹੋ ਤੇ ਕਿਰਪਾ ਕਰੋ ਅਚੋ ਗੁਰੂ ਜੋ ਲੰਗਰ ਖਾਈ ਪੋ ਵਜੋ। ਉਹ ਦੀਵਾਰ ਟੋੜਨ ਵਾਲਾ ਵੀ ਏਡਾ ਸ਼ਰਮਿੰਦਾ ਥੀ ਆ ਵੀ ਅਸੀਂ ਰੋਜ਼ ਪਿਆ ਦੀਵਾਰ ਟੋੜਿਓ, ਰੋਜ਼ ਪਿਓ ਅਸਾਂਖੇ ਗੁਰੂ ਜੋ ਲੰਗਰ ਖਾ। ਬਾਬਾ ਨੰਦ ਸਿੰਘ ਪਾਣੀ ਭਰੇ ਦਿੰਦਾ ਉੱਠ ਤਾਂ ਕਿ ਪਿਆਸ ਲੱਗੀ ਹੁੰਦੀ ਪਾਣੀ ਪਿਓ। ਏਡੀ ਨਿਮਰਤਾ ਤਿਆਗ ਤਿਆਗ ਤਾਂ ਏਡੋ ਬਾਬਾ ਨੰਦ ਸਿੰਘ ਦੇ ਜੀਵਨ ਮੇ ਕਿ ਕਦੇ ਪੈਸੇ ਸਾਂ ਪਿਆਰ ਨਾ ਹੋ ਬਾਬਾ ਨੰਦ ਸਿੰਘ,
ਦੌਲਤ ਸਨ ਗੁਰੂ ਦੇ ਸੰਗਤ ਸਾਂ ਪਿਆਰ ਹੈ ਸਜੋ ਜੀਵਨ ਪੈਂਜੋ ਬਾਬਾ ਨਾਨਕ ਸਿੰਘ ਤਿਆਗੇ ਰਹਿਣੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਮੇਂ ਬਾਣੀ ਦੀ ਸੇਵਾ ਮੇਂ ਕੋਈ ਭੁੱਲੇ ਲੱਚੇ ਭਟਕੇ ਲੱਚੇ ਉਹ ਬਾਣੀ ਸਾਂ ਜੋੜਦਾ ਜਪਜੀ ਸਾਹਿਬ ਦਾ ਹਿਕੜੋ ਪਿਆਰੋ ਆਇਓ ਰੋਇਨ ਤੋਂ ਬਾਬਾ ਨਾਨਕ ਸਿੰਘ ਕੇ ਚੰਦ ਬਾਬਾ ਨਾਨਕ ਸਿੰਘ ਮਾਂ ਤਬਾਹ ਥੀ ਆ ਬਰਬਾਦ ਥੀ ਆ ਕਾਰੋਬਾਰ ਬਾਬਾ ਚੰਦੋ ਛਾ ਥਿਓ ਚੰਦੋ ਮੈਂ ਸਰਕਾਰੀ ਠੀਕੋ ਖਾਇਓ ਆ ਰੋਡ ਠਾਹਿਣ ਜੋ ਹਾਣੇ ਆਫੀਸਰ ਨਵੋਂ ਆਇਓ ਆ ਉਹ ਚੇਕ ਤੇ ਸਾਈਨ ਹੀ ਨਥੋ ਕਰੇ ਮਾਂ ਕੇ ਪੈਸਾ ਹੀ ਨਥਾ ਮਿਲਣ ਮਾਂ ਫਾਇਲ ਖਣੀ ਤੋਂ ਵਾਂ ਉਨਮੇ ਕੋਈ ਨਾ ਕੋਈ ਫਾਇਲ ਮੇ ਮਾਈਨਸ ਪੁਆਇੰਟ ਕੱਢੀ ਵੇਠੋ ਬਈ ਫਲਾਣੀ ਸ਼ੈ ਖੁੱਟਲ ਆ ਫਲਾਣੀ ਸ਼ੈ ਖੁੱਟਲ ਆ ਈ ਕੰਦੇ ਕੰਦੇ ਅਲਾਏ ਕੇਤਰਾ ਮਹੀਨਾ ਥੀ ਆਨ ਮਾਂ ਚੱਕਰ ਪਿਓ ਤੋਂ ਕੱਟਿਆ ਮੁੰਹਿੰਜੋ ਕੰਮ ਨਥੋ ਥੇ ਬਾਬਾ ਆਨੰਦ ਸਿੰਘ ਖਬਰ ਆ ਛਾ ਚੰਦਾ ਚਾਹੁੰਦਾ ਪੋ ਜੇ ਹਿਕੜੋ ਕੰਮ ਕਰ ਸੁਬੂ ਅੰਮ੍ਰਿਤ ਵੇਲ ਕਰ ਅਰਦਾਸ ਕਰ ਗੁਰੂ ਨਾਨਕ ਕੇ ਗੱਡ ਵਠੀ ਵੰਜਾ ਤੁਹਾਨੂੰ ਕੰਮ ਥੀ ਵੇਂਦੋ ਚੰਨਨ ਉਹ ਹੈਰਾਨ ਥੀ ਵੀ ਗੁਰੂ ਨਾਨਕ ਕੀ ਗੱਡਲ ਦੋ ਗੁਰੂ ਨਾਨਕ ਸਾਹਿਬ ਕੀ ਮਸਾਂ ਗੱਡੂੰਦੋ ਤੋ ਬਾਬਾ ਨਾਨਕ ਸਿੰਘ ਚੰਨਨ ਜਨੇ ਅੰਮ੍ਰਿਤ ਵੇਲੇ ਅਰਦਾਸ ਕਰੇ ਕਰੇ ਇੱਕ ਜਪਜੀ ਸਾਹਿਬ ਜੋ ਪਾਠ ਪੜ੍ਹੀ ਕਰੇ ਅਰਦਾਸ ਕਹਿੰਦੇ ਨਾ ਤੂੰ ਕੰਮ ਤੇ ਬਾਅਦ ਮੈਂ ਪੋਤਲ ਹੁੰਦੇ ਗੁਰੂ ਨਾਨਕ ਪਹਿਰਾਂ ਬੈਠੋ ਹੁੰਦਾ ਤੁਹਾਨੂੰ ਕੰਮ ਕਰਨ ਦਾ ਜੋ ਯਕੀਨ ਸਾਹਿਬਾਂ ਤੇ ਅੰਮ੍ਰਿਤ ਵੇਲੋ ਕਰੇ ਸੇਵਾ ਕਰੇ ਜਪਜੀ ਸਾਹਿਬ ਜੋ ਪਾਠ ਪੜ੍ਹੀ ਗੁਰੂ ਨਾਨਕ ਸਾਹਿਬ ਕੇ ਅਰਦਾਸ ਕਰੇ ਤੋ ਗੁਰੂ ਗ੍ਰੰਥ ਸਾਹਿਬ ਕੇ ਅਰਦਾਸ ਕਰੇ ਤੋ ਸੱਚੇ ਪਾਤਸ਼ਾਹ ਮੈਂ ਹੋਰ ਥਾਂ ਨਹੀਂ ਜਿਸ ਪੈ ਕਰੂੰ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਤੋਟ ਸੁੱਖ ਵੀ ਦੁੱਖ ਵੀ ਤੇ ਹਲਿਓ ਵਿਓ ਅਰਦਾਸ ਕਰੇ ਫਾਇਲ ਖਣੀ ਕਰੇ ਬਾਬਾ ਨਾਨਕ ਸਿੰਘ ਚੰਦਨ ਵੰਜ ਚਾਹੁੰਦਾ ਬਾਬਾ ਅੱਜ ਵੀ ਨਾ ਮੋਟੀ ਅਚਾਂ ਚਾਹੁੰਦਾ ਜੇ ਗੁਰੂ ਕੇ ਅਰਦਾਸ ਕੀਤੀ ਯਕੀਨ ਨਹੀਂ ਹੁੰਦੇ ਚਾਹੁੰਦਾ ਯਕੀਨ ਆ ਯਕੀਨ ਆ ਤਾਂ ਚਾਹੁੰਦਾ ਵੰਜ ਚੰਦਨ ਵਯੋ ਜਨੇ ਆਫੀਸਰ ਜੇ ਆਫਿਸ ਮੇ ਪਹੁੰਚੋ ਨਾ ਅੰਦਰ ਆਫੀਸਰ ਕੁਰਸੀ ਤੇ ਬੈਠੋ ਚੰਦਨ ਸੋਚਣ ਲੱਗੋ ਕਿ ਉਹ ਆਫੀਸਰ ਚਾਹੁੰਦਾ ਬਈ ਬਾਰ ਬਾਰ ਭਗੋ ਬੈਠੋ ਜਨੇ ਤੁਕੇ ਚਯੋ ਬਈ ਤੁਹਾਡਾ ਕਾਗਜ਼ ਪੂਰਾ ਨਾ ਚੰਦਨ ਆਫੀਸਰ ਉਹਨਗੇ ਡਿੱਠੋ ਚਾਹੁੰਦਾ ਇਹਦੇ ਚ ਫਾਈਲ ਡੇ ਫਾਈਲ ਡਿਸੀ ਕਰੇ ਚਾਹੁੰਦਾ ਇਤਰਾ ਮੇਨਾ ਕਾਥੇ ਹੋਈ ਸਤਨਾਮ ਸ਼੍ਰੀ ਚਾਹੁੰਦਾ ਸਹੀ ਮਾਂ ਚਾਹ ਤਾਂ ਪਿਓ ਚੀ ਤੂੰ ਕਦੇ ਆਵਾਂ ਅੱਜ ਤਾਂ ਪਹੁੰਚੋ ਯਕੋ ਤੁਹਾਡਾ ਪੈਸਾ ਰਿਹਾ ਪਿਆ ਬਿੱਲ ਰਿਹਾ ਪਿਆ ਵੱਠੀ ਨਾ ਤੋ ਚੀ ਉਹ ਹੀ ਤਾਂ ਵੱਠਣਾ ਆਵਾਂ ਚਾਹੁੰਦਾ ਡੇ ਸਜ਼ਾ ਚੇਕ ਸਾਈਨ ਕਰੇ ਦੇਣਾ ਪਿਆਰ ਸਾਂ ਜਪੋ ਸਤਨਾਮ ਉਹ ਹੈਰਾਨ ਥੀ ਉਹ ਵਾਪਸ ਮੋਟੀ ਆਇਓ ਬਾਬਾ ਨੰਦ ਸਿੰਘ ਚਹਿ ਦੋ ਬਾਬਾ ਪਹਿਲੇ ਤਾਂ ਛ ਮਹੀਨਾ ਥਿਆ ਰੋਜ਼ ਮੋਟਾਈਂਦੋ ਹੋਇਓ ਮਾਂ ਹੈਰਾਨ ਆ ਵੀ ਹਾਣ ਵਯੋ ਆ ਸੱਚੇ ਤੋ ਤੂੰ ਤਾਂ ਆਇਓ ਹੀ ਕੋਨੇ ਕੋ ਬਾਬਾ ਨੰਦ ਸਿੰਘ ਖਿਲੀ ਕਰੇ ਚਵੰਦਾ ਇਹੋ ਅਰਦਾਸ ਜੋ ਕਮਾਲ ਦੀ ਗੁਰੂ ਨਾਨਕ ਕਿਹੜੋ ਪਰਦੋ ਰੱਖੀ ਸਜੋ ਜੇ ਅੱਗਿਆਂ ਪੋਇਆਂ ਸਭ ਕੁਝ ਵਿਸਰੀ ਅਸੀਂ ਸਤਨਾਮ ਸ਼੍ਰੀ ਤੂੰ ਜੇਕੋ ਸਾਹਮੂ ਆਏ ਉਹ ਯਾਦ ਆਇਓ ਨੀ ਗੇ ਉਹ ਕੰਮ ਥੀ ਉਹ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮਹਿ ਪਾਈ ਤੇ ਬਾਬਾ ਨੰਦ ਸਿੰਘ ਨਿਮਰਤਾ ਤੀਆ ਜੀਵਨ ਸੰਤ ਜੋ
और संत वो जेको बे जो भलो करे एक संत बे फकीर इन इनी शय के समझ जो अज फकीर पान चाहंदा हूं ना एकड़ो फकीर थींदो जेको इंसानन का पिंदो है इंसानन का गुरदो है भी परमात्मा जे नाले ते जो परमा अल्लाह जे नाले ते जो एक फकीर जेको इंसानन का गुरदो है बे वो फकीर है जेको केवल रब को गुरदो है परमात्मा को गुरदो है एक वो फकीर है जंदी झोली इंसानन जे क्या खुल दिया एक वो फकीर है जंदी झोली केवल परमात्मा जे क्या खुल दिए बस बे किन जे क्या तेकड़ो एड़ो ही अन संत जी डेफिनेशन बुदी ना सिमरन सस्से सा निम्रता त्याग अन फकीर फकीर के अगर पान उर्दू में लफ्ज करूं ता फे काफ ये रे ये चार लफ्ज थी नन फकीर में अन इन चैनी जी माना बुद जो फे सा फखर परमात्मा ते काफ सा कादर जी कुदरत ये सा याद रे सा रहम दिल ये चार गुण उन्हें फकीर में जगह पर फकीर चवंदो जेको केवल परमात्मा को गुरदो हन इन जो पान खुलासो करूं एकड़ो फकीर बने पियो परमात्मा जी याद में वाहे गुरु सिमरन कंदो बने पियो जे गोठ मां लंघियो पे ना उने गोठ में एकड़ चौधरी जो घर हुजे शहर जो मुखी ये समझो गोठ है मुखी चौधरी जी घरवारी दाढ़ी सोनी हुई उनकी पूरी तारीफ हल्दी पूरे गांव में पूरे गोठ में उनकी तारीफ हल्दी हर को चौधरायण के दिसी करे चंदो भाई वाह परमात्मा केड़ो हुसन दिनो इन के तो फकीर लंगे पियो चौधरी जे घर जे हेठा त इत्तफाकन चौधरी जी घरवारी स्नान करे पंजा वार सुकाण आई आ छत ते तो चौधरी जी घरवारी डिठो सामू एकड़ो फकीर अचे दो हाँ चौधरायण सोचो छो ने फकीर के पेंजो जलवो दिखारिया चनन छत ते बी रही इने आस में कि यो फकीर मांगे दिस दो मुते फिदा थी दो वड़ा वड़ा फकीर माते फिदा थिया मुझे हुसन ते चनन जी फकीर लंघियो पे ना वो अने अल्लाह लोक फकीरो जुड़ेल फकीरो वो वाहे गुरु वाहे गुरु वाहे गुरु वाहे गुरु जप दे एक नजर चौधरायण दे खणी कोन डिठई ई लंघे वियो चौधरायण गए आयो गुस्सो चंदी हे केरा जे मां के एक नजर खणी कोन डिठो तो चौधरायण जे मुंह में पान हो पान तूने छा कयो अग्या वणी करे पान जी पूरी थुक फकीर जे मथा उछलाए दे नहीं पूरी थुक सजी थुक फकीर दे दस्तार दे चना फकीर जी हथ ला डिठो भई पान जी थुक चौधरान चंदिया हाने तो दिस दो ही दिस दो सतनाम श्री कि कैं कैं या पान जी थुक कहीं वो दरवेश रिसो ना
ਫਕੀਰ ਡਸੋ ਨੀ ਪਾਨ ਜੀ ਥੁੱਕ ਗਈ ਹੱਥ ਲਾ ਤੋ ਡਿੱਠੀ ਕੁਝ ਨਾ ਵਾਹਿਗੁਰੂ ਵਾਹਿਗੁਰੂ ਜਪ ਤੋਂ ਨਿਕਰੀ ਹਲੇ ਵੇ ਇੱਕ ਨਜ਼ਰ ਮੱਥੇ ਖਣੀ ਕੌਣ ਡਿੱਠੀ ਚੌਧਰਾਇਣ ਗਿਆ ਗੁੱਸੋ ਉਹ ਪੰਹਿੰਜੇ ਚੌਧਰੀ ਕੇ ਸਦ ਕਰੇ ਦੀ ਵੋ ਚੌਧਰੀ ਉਹ ਮੱਥੇ ਅਚੀ ਉਹ ਚਾਹੁੰਦਾ ਛਾ ਥਿਓ ਦੀ ਚਾਹੁੰਦਾ ਤੂੰ ਚਾਹੁੰਦੀ ਆ ਤੂੰ ਮਰਦ ਆ ਕਿ ਨਾ ਚੇ ਹੁਕਮ ਕਰ ਛਾ ਥਿਓ ਉਹ ਚੇ ਫਕੀਰ ਵਣੇ ਤੋ ਮਾਤੇ ਬੁਰੀ ਨਜ਼ਰ ਮਾਰੇ ਵਿਆ ਚੌਧਰਾਣ ਚਾਹ ਮੈਂ ਛੱਡੀਂਦੀ ਮਾਸ ਤਾਂ ਕੌਣ ਫਕੀਰ ਗੇ ਚੇ ਉਹ ਫਕੀਰ ਵਣੇ ਤੋ ਮਾਤੇ ਬੁਰੀ ਨਜ਼ਰ ਮਾਰੇ ਵਿਆ ਤੋਵੇਂ ਮਰਦਾਨ ਕੀ ਆਹੇ ਤੈਨ ਫਕੀਰ ਕੇ ਸਬਕ ਸਿਖਾ ਚੌਧਰੀ ਉੱਥੇ ਡੰਡੋ ਖਈ ਡੰਡੋ ਖਣੀ ਕਰੇ ਭਜੋ ਫਕੀਰ ਵਿਚਾਰੋ ਵਣੇ ਪਿਓ ਚੌਧਰੀ ਡੰਡੋ ਖਯੋ ਫਕੀਰ ਦੇ ਸਿਰ ਤੇ ਮਾਰੇ ਆਇਓ ਫਕੀਰ ਜੋ ਸਿਰ ਫਟਜੀ ਪਿਓ ਫਕੀਰ ਜ਼ਮੀਨ ਤੇ ਕਿਰੀ ਪਿਓ ਮੁੱਖ ਮਾਂ ਨਿਕਰੀ ਆਇਓ ਵਾਹਿਗੁਰੂ ਚੰਨ ਜ਼ਮੀਨ ਤੇ ਕਿਰਿਓ ਪੂਰੀ ਰਤ ਮੱਥੋ ਫਾੜੀ ਫਕੀਰ ਜੋ ਚੰਨ ਚੌਧਰੀ ਹੀ ਲੱਠ ਖਯੋ ਕਰੇ ਖੁਸ਼ ਥੀ ਕਰੇ ਅਚੇ ਪਿਓ ਚੌਧਰਾਇਣ ਵੀ ਖਿਲੀ ਬਈ ਫਕੀਰ ਕੇ ਤਾਂ ਡੰਡੋ ਲੱਗੀ ਚਲਾ ਜੀ ਚੌਧਰੀ ਮੱਥੇ ਚੜੇ ਪਿਓ ਨਾ ਸੀੜੀ ਕੇ ਛੱਤ ਤੇ ਭਈ ਇਹੋ ਕਿ ਚੌਧਰੀ ਚੌਧਰਾਇਣ ਮਾਂਜੀ ਤਾਰੀਫ ਕਹਿੰਦੀ ਚਲਾ ਸਾਹਮੂ ਅਜਾ ਹੀ ਸੀੜੀ ਚੜੇ ਪਿਓ ਆਖਰੀ ਡਾਕੇ ਤਾਂ ਪੇਰ ਫਿਸਲਿਓ ਚਲਾ ਜੀ ਪੇਰ ਫਿਸਲਿਓ ਚੌਧਰੀ ਅਚੀ ਕਰੇ ਜ਼ਮੀਨ ਤੇ ਕਿਰਿਓ ਸਿਰ ਲੱਗੋ ਜ਼ਮੀਨ ਤੇ ਚੌਧਰੀ ਜੋ ਸਿਰ ਫਾੜੀ ਪਿਓ ਚਨਨ ਚੌਧਰਾਣ ਹੇਠ ਲਥੀ ਜੀਅ ਹੇਠ ਲਥੀ ਛਾ ਦਿਸੇ ਵੀ ਮੁੰਹਜੋ ਸਾਈਂ ਜ਼ਮੀਨ ਤੇ ਕਿਰੀ ਪਿਆ ਮੁੰਹਜੋ ਮੁਰਸ ਜ਼ਮੀਨ ਤੇ ਕਿਰੀ ਪਿਆ ਉਨੀ ਛਾ ਕਿਉ ਸਾਧ ਸੰਗਤ ਜੀ ਪੈਂਜੇ ਮੁਰਸ ਕੇ ਗੋਦ ਮੇ ਖੀ ਜਦੈ ਡਿਠਈ ਚੌਧਰੀ ਆਹੇ ਕੋ ਸਮਾਪਤੀ ਕਰੇ ਧੱਕੇ ਨੂੰ ਲਗੋ ਮਥੇ ਕੇ ਸਮਾਪਤੀ ਕਰੇ ਏਡੋ ਰੋਏ ਚੌਧਰਾਣ ਸੋਚੇ ਵੀ ਹਾਣ ਤੇ ਮੁੰਹਜੋ ਮੁੜਸ ਜ਼ਿੰਦਾ ਹੋਇਓ ਹਿਕੜੇ ਪਲ ਮੇ ਗੁਜ਼ਾਰਿਓ ਹਿਕੜੇ ਪਲ ਮੇ ਮਰੀਓ ਚੌਧਰਾਇਣ ਕੇ ਸਮਝ ਅਚੀ ਹੋਈ ਕਿ ਇਹ ਜੋ ਫਕੀਰ ਜੰਗੇ ਮਾਂ ਡੰਡੋ ਹਣਾਇਓ ਆ ਨਾ ਇਹ ਕੋਈ ਆਮ ਫਕੀਰ ਨਾ ਚੌਧਰਾਇਣ ਆਈ ਫਕੀਰ ਜੀ ਅੱਗਿਆਂ ਵੇਠੀ ਪੇਰਨ ਤੇ ਹੱਥ ਰੱਖੀ ਫਕੀਰ ਜੀ ਮਾਂ ਕੇ ਬਖਸ਼ੋ ਫਕੀਰ ਚਾਹੇ ਤਾਂ ਤੂੰ ਕੇਰ ਆ ਚੈਤੀ ਮਾਂ ਉਹਾ ਹੀ ਅਭਾਗਣਾ ਜੇ ਤਾਂਜੇ ਮੱਥੇ ਤੇ ਥੁੱਕ ਸੱਟੀ ਮਾਂ ਉਹਾ ਹੀ ਅਭਾਗਣਾ ਜੇ ਤਾਂਜੇ ਸਿਰ ਤੇ ਡੰਡੋ ਹਣਾਇਓ ਮੁੰਹਜੋ ਮੁਰਸ ਮੱਥੇ ਚੜੇ ਪਿਓ ਦਾਕਣ ਤਾਂ ਫਿਸਲਿਓ ਉਂਝੋ ਸਿਰ ਫਾੜਿਓ ਮੁੰਹਜੇ ਮੁਰਸ ਤਾਂਜੋ ਸਿਰ ਫਾੜਿਓ ਉਹ ਡਾਕਣ ਤਾਂ ਫਿਸਲਿਓ ਉਂਝੋ ਸਿਰ ਫਾਟੀ ਪਿਓ ਫਕੀਰ ਖਿਲਿਓ ਚੌਧਰਾਣ ਚਾਹੀਦੀ ਮੁੰਹਜੇ ਦੁੱਖ ਤੇ ਖਿਲੋਦਾ ਚੇ ਨਾ ਮਾਂ ਤੋਂ ਨਾ ਪਰਮਾਤਮਾ ਜੀ ਕੁਦਰਤ ਤੇ ਖਿਲਾਉਂਦਾ ਚੇ ਕੀ ਫਕੀਰ ਚਾਹੇ ਤੋ ਤੋਜੇ ਚਵਣ ਤੇ ਤੁੰਜੋ ਪਤੀ ਮਾਂਜੋ ਸਿਰ ਫਾੜੇ ਵਿਓ ਤੋਂਜੇ ਚਵਣ ਤੇ ਤੁੰਜੋ ਪਤੀ ਮਾਂਜੋ ਸਿਰ ਫਾੜਿਓ ਮਾਂ ਤਾਂ ਪੈਂਜੇ ਪਰਮਾਤਮਾ ਪਤੀ ਕੇ ਕੁਝ ਚਾਹਿਓ ਹੀ ਨਾ ਉਹ ਬਿਨਾਂ ਚਾਹੇ ਤੁੰਜੇ ਪਤੀ ਜੋ ਸਿਰ ਫਾੜੇ ਲਵੇ ਕਿਹੜੀ ਰਮਜ਼ ਜੀ ਗੱਲ ਮਾਂ ਉਹ ਚਾਹੇ ਤੂੰ ਪੈਂਜੇ ਪਤੀ ਕੇ ਚਾਹਿਓ ਤੁਝੇ ਚਵਣ ਤੇ ਮੁੰਜੋ ਸਿਰ ਫਾੜਿਓ ਮਾਂ ਤਾਂ ਪੈਂਜੇ ਪਰਮਾਤਮਾ ਪਤੀ ਕੇ ਕੁਝ ਚਾਹਿਓ ਹੀ ਕੋਨ ਉਹ ਬਿਨਾਂ ਚਾਹੇ ਤੁੰਜੇ ਪਤੀ ਜੋ ਸਿਰ ਫਾੜੇ ਹਲੇ ਇਹ ਉਹ ਆ ਜੋ ਜੋ ਤੇਰੇ ਭਗਤ ਦੁਖਾਵੇ ਉਹ ਤਤਕਾਲ ਤੁਮ ਮਾਰਾ
जेको भक्तन के दुखाए तो संतन के दुखाए तो उनके गुरु छड़ दो तो कौन जो दास तेरे की निंदा करे तिस मार पचाई जो तुझे दासन जी निंदा तो करे वाहिगुरु उन्हें के तू पान सदा पेड़ी हथन सा तो प्यारे हो ही उए कमाई वारा दरवेश संत थी गुजरेन जिन पेंजे जीवन में हर पल हर घड़ी जपियो है सतनाम श्री तो ये संत सरन जो जन परे सो जनो दरन हा संत की निंदा नानका बहुर बहुर अवतार एड़न प्यारन दरवेशन जी निंदा जे को करे दोन वो वरी नरकन जे जुड़न मा निकर दो ही को नहीं 84 जे जुड़न मा निकर दो ही नहीं तो पान अरदास वे कई के सबे जी समाल अपनी महर कर हे वाहेगुरु सबनी के पेंजे शरण में रखी वठ पेंजी महर कर और सबनी के पेंजे चरणन में जोड़े रखो आओ सत्संग जी आखिरी शब्द पढ़ दऊं साथ साथ जी गड़ गड़ समाप्ति प्रभ पास जन की अरदास तू सच्चा साईं तू करता सच्चा मैंडा साईं जो तो पावे सोई थी सी जो तू दे सोई हो पाई प्रभ पास जन की अरदास तू सच्चा साईं सच्चा साईं सच्चा साईं सच्चा साईं सच्चा साईं सच्चा साईं प्रभु पा जन की अरदास सच्चा साईं प्रभु पास जन की अरदास सच्चा साईं।
ਵਾਲਾ ਸਦਾ ਸਦਾ ਸੱਚਾ ਸਾਈਂ ਸੱਚਾ ਸਾਈਂ ਸੱਚਾ ਸਾਈਂ ਸੱਚਾ ਸਾਈਂ ਸੱਚਾ ਸਾਈਂ ਪ੍ਰਭਾ ਜਨ ਕੀ ਅਰਦਾ ਸੱਚਾ ਸਾਈਂ ਪ੍ਰਭਾ ਜਨ ਕੀ ਅਰਦਾ ਸੱਚਾ ਸਾਈਂ ਸੱਚਾ ਸਾਈਂ ਸੱਚਾ ਸਾਈਂ ਰੱਬਾ ਜਨ ਕੀ ਅਰਦਾਸ ਸੱਚਾ ਸਾਈਂ ਰੱਬਾਸ ਜਨ ਕੀ ਅਰਦਾਸ ਸੱਚਾ ਸਾਈਂ ਦਾਸ ਤੇਰੇ ਕੀ ਨਿੰਦਾ ਕਰੇ ਦਾਸ ਤੇਰੇ ਕੀ ਨਿੰਦਾ ਨਿੰਦਾ ਕਰੇ ਸਮਾਰ ਪਛਾਈ ਦਾਸ ਤੇਰੇ ਕੀ ਨਿੰਦਾ ਕਰੇ ਜੋ ਦਾਸ ਤੇਰੇ ਕੀ ਨਿੰਦਾ ਕਰੇ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ
सच्चा साईं सच्चा साईं सच्चा साईं दबा जन की हरदा सच्चा साईं पास जन की हरदा सच्चा साईं चिंता छड़ अचिंत रहो नानक लग पाई सच्चा साईं सच्चा साईं सच्चा साईं रब्बा जन की हरदा सच्चा साईं रब्बास जन की हरदास सच्चा साईं सच्चा साईं सच्चा साईं सच्चा साईं सच्चा साईं सच्चा साईं रब्बा जन की हरदा जन की अरदा तू सच्चा साईं वाहे गुरु सो सत्संग जी इतनी सेवा प्रवान करनी जी धन्यवाद गुरु ग्रंथ साहब सच्चे पातशाह जी का बाबा मूल सिंह दरबार जी की सारी संगत का जिन्होंने मान बख्शा सत्कार बख्शा प्यार भरा जयकारा पूरी संगत के लिए साथ संगत जी बोले वाहेगुरु जी का खालसा की फतेह वाहेगुरु जी का खालसा वाहेगुरु जी की फतेह प्रभु पास जन की अरदास तू सच्चा साई सबे जी समाल अपनी मेहर कर नाम सिमरन और शब्द विचारा सात संगत को सर्वन करा रहे थे भाई साहब भाई अजय सिंह जी सिंध वाले जो सिंध से अब यहाँ पर नागपुर में आ गए हैं
ਬਹੁਤ ਬਹੁਤ ਧੰਨਵਾਦ ਇਨਕਾ। ਇਨ ਪਰ ਗੁਰੂ ਬਾਬਾ ਕੀ ਬਹੁਤ ਹੀ ਅਪਾਰ ਕਿਰਪਾ ਹੈ। ਬਹੁਤ ਸਰਲ ਤਰੀਕੇ ਸੇ ਸਾਧ ਸੰਗਤ ਕੋ ਗੁਰੂ ਚਰਨੋ ਸੇ ਜੋੜਨੇ ਕਾ ਯਤਨ ਕਰਤੇ ਹੈ। ਗੁਰੂ ਬਾਬਾ ਇਨ ਪਰ ਐਸੀ ਹੀ ਕਿਰਪਾ ਬਣਾਈ ਰੱਖੇ ਔਰ ਸਾਧ ਸੰਗਤ ਕਾ ਵੀ ਪਿਆਰ ਇਨ ਪਰ ਐਸੇ ਹੀ ਬਰਸਤਾ ਰਹੇ। ਆਪ ਸਭੀ ਹਾਜ਼ਰੀਆਂ ਭਰ ਰਹੇ ਹੋ ਸੰਤ ਬਾਬਾ ਮੂਲ ਸਿੰਘ ਜੀ ਕੇ ਪਾਵਨ ਸਾਲਾਨਾ ਯਾਦ ਮੇਂ ਜੋ ਕੀਰਤਨ ਦਰਬਾਰ ਹੋ ਰਹੇ ਹੈ, ਜਿਸ ਮੇਂ ਯੇ ਪਾਂਚਵੇਂ ਕੀਰਤਨ ਦਰਬਾਰ ਕੀ ਆਪ ਹਾਜ਼ਰੀ ਭਰ ਰਹੇ ਹੋ ਬਾਹਰ ਪੰਡਾਲ ਮੇਂ। ਏਕ ਤੋ ਹਮਾਰੇ ਭਾਈ ਅਜੈ ਸਿੰਘ ਜੀ ਕੇ ਲੀਏ ਔਰ ਜੋ ਭਾਈ ਸਾਹਿਬ ਰਾਕੇਸ਼ ਸਿੰਘ ਜੀ ਗੁਰੂ ਘਰ ਕੇ ਕੀਰਤਨੀਏ ਹੈ। ਸੱਚ ਮਾਨੋ ਮੈਂ ਪਹਿਲੇ ਦਿਨ ਸੇ ਹੀ ਕਹਿ ਰਹਾ ਹੂੰ, ਯੇ ਅਨਮੋਲ ਹੀਰੇ ਹੈ, ਅਨਮੋਲ ਹੀਰੋ ਸੇ ਵੀ ਕੋਹਿਨੂਰ ਹੀਰੇ ਹੈ। ਕਿਉਂ ਕਿ ਯੇ ਗੁਰੂ ਕੀ ਬਾਣੀ ਸੁਣਾਤੇ ਹੈ, ਹਮ ਇਨਕਾ ਕੋਈ ਮੋਲ ਤੋ ਨਹੀਂ ਦੇ ਸਕਤੇ, ਪਰ ਇਨਕਾ ਧੰਨਵਾਦ ਜ਼ਰੂਰ ਕਰ ਸਕਤੇ ਹੈ। ਇਨਕੇ ਲਈ ਏਕ ਪਿਆਰ ਭਰਾ ਜੈਕਾਰਾ ਪਹਿਲੇ ਬੁਲਾਏਂਗੇ। ਬੋਲੇ ਸੋ ਨਿਹਾਰ, ਕਿਉਂਕਿ ਭਾਈ ਮਾਇਆ ਕੇ ਬਗੈਰ ਗੁਜ਼ਾਰਾ ਵੀ ਨਹੀਂ ਹੋਤਾ ਹੈ, ਪਰ ਗੁਰੂ ਕੇ ਨਾਮ ਪਰ ਦੇਣੇ ਵਾਲੇ ਵੀ ਉਹ ਵੀ ਗੁਰੂ ਕੇ ਪਿਆਰੇ ਬੈਠੇ ਹੈ। ਏਕ ਤਰਫ ਸੇ ਆਤਾ ਹੈ ਹਮਾਰੀ ਸਤੀ ਦੀਦੀ ਜੀ ਬੈਠੀ ਹੈ, ਦੂਸਰੇ ਤਰਫ ਸੇ ਚਲਾਈ ਜਾਤੀ ਹੈ। ਕਹਿਤੇ ਹੈ ਬਾਬਾ ਜੋ ਗੁਰੂ ਕੇ ਕੀਰਤਨੀਏ ਹੈ ਨਾ, ਉਨਕੋ ਕਭੀ ਨਾ ਮਤ ਬੋਲੋ, ਜੋ ਮਾਂਗਤੇ ਹੈ ਅਗਰ ਉਨਕੀ ਮਾਂਗਨੇ ਕੀ ਭਾਵਨਾ ਹੈ ਤੋ ਵੋ ਜਿਤਨਾ ਕਹਿਤੇ ਹੈ ਉਨਕੋ ਦੇ ਦੋ, ਜੋ ਨਹੀਂ ਮਾਂਗਤੇ ਹੈ ਉਨਕੋ ਭੀ ਦੇਤੇ ਤੋ ਹੈ, ਪਰ ਸਾਥ ਮੇਂ ਇਤਨਾ ਪਿਆਰ ਵਾਲਾ ਆਸ਼ੀਰਵਾਦ ਦੇਤੇ ਹੈ, ਜੋ ਉਨਕੋ ਮਿਲਤਾ ਹੈ ਉਨਕੋ ਸਾਲੋ ਸਾਲ ਵੋ ਖਤਮ ਨਹੀਂ ਹੋਤਾ ਔਰ ਸਾਥ ਮੇਂ ਨਾਮ ਕਾ ਰੰਗ ਵੀ ਮਿਲਤਾ ਹੈ। ਗੁਰੂ ਬਾਬਾ ਕਿਰਪਾ ਕਰੇ ਹਮਾਰੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਾਕੇਸ਼ ਸਿੰਘ ਜੀ ਜੀ ਕਾ ਜਥਾ ਆਪ ਜੀ ਕੇ ਸਨਮੁਖ ਸੇਵਾ ਮੇਂ ਹਾਜ਼ਰ ਹੈ। ਆਪ ਸਭੀ ਸੰਤ ਬਾਬਾ ਮੂਲ ਸਿੰਘ ਜੀ ਕੀ ਸੇਵਾਓਂ ਸੇ ਜਾਣਕਾਰ ਹੈ, ਪਰ ਫਿਰ ਵੀ ਮਨ ਮੇਂ ਏਕ ਬਾਤ ਆਈ ਹੈ ਜੋ ਆਪਕੋ ਬਤਾ ਕਰ ਆਗੇ ਪ੍ਰੋਗਰਾਮ ਆਗੇ ਬੜਾਏਂਗੇ। ਦੇਖੋ ਉਨ੍ਹੋਂਨੇ ਪਹਿਲੇ ਤੋਂ ਆਪ ਆਪਣੇ ਆਪ ਸੇ ਸੋਚੋ ਕਿ ਜੋ ਹਮ ਜਿਸ ਕੋ ਦੇਤੇ ਹੈ ਵੋ ਹਮਕੋ ਵੋ ਵਾਪਸ ਕਰਤਾ ਹੈ ਕਿਸੀ ਨਾ ਕਿਸੀ ਰੂਪ ਮੇਂ। ਐਸੇ ਹੀ ਸੰਤੋ ਮਹਾਂਪੁਰਸ਼ੋ ਨੇ ਨਾਮ ਜਪ ਕੀਰਤਨ ਕਰਕੇ ਗੁਰੂ ਕੋ ਸਮਰਪਿਤ ਕੀਆ ਹੈ, ਤੋ ਆਜ ਗੁਰੂ ਬਾਬਾ ਨੇ ਉਨਕੇ ਯਾਦ ਮੇਂ ਇਤਨੇ ਕੀਰਤਨ ਦਰਬਾਰ ਚਲਾ ਰਹੇ ਹੈ ਔਰ ਯੇ ਸੰਗਤ ਆਪਣਾ ਸਮੇਂ ਵੀ ਸਫਲਾ ਕਰ ਰਹੀ ਹੈ, ਸੇਵਾ ਕਰਕੇ ਜੀਵਨ ਵੀ ਸਫਲ ਕਰ ਰਹੀ ਹੈ ਔਰ ਯਥਾ ਸ਼ਕਤ ਸੇਵਾ ਮੇਂ ਮਾਇਆ ਲਗਾ ਕਰ ਮਾਇਆ ਵੀ ਸਫਲੀ ਕਰ ਰਹੇ ਹੈ। ਯਾਦ ਰੱਖਣਾ ਯੇ ਜੋ ਹਮ ਮਾਇਆ ਲਗਾਤੇ ਹੈ ਨਾ ਯਹਾਂ ਪਰ, ਅਗਰ ਕੁਛ ਕੋਈ ਲੰਗਰ ਮੇਂ ਦੇਤਾ ਹੈ, ਕੋਈ ਔਰ ਸੇਵਾ ਕੇ ਲੀਏ ਦੇਤਾ ਹੈ, ਤੋ ਮਨ ਕੇ ਅੰਦਰ ਗੁਰੂ ਕਾ ਧੰਨਵਾਦ ਹਮੇਸ਼ਾ ਰੱਖਣਾ। ਗੁਰੂ ਬਾਬਾ ਆਪ ਹਮਾਰੀ ਹਾਥੋਂ ਸੇ ਯੇ ਮਾਇਆ ਸਫਲੀ ਕਰਵਾ ਰਹੇ, ਕਿਉਂਕਿ ਗੁਰੂ ਘਰ ਮੇਂ ਕਮੀ ਤੋ ਕੋਈ ਹੈ ਹੀ ਨਹੀਂ।
गुरु अपने आप ऐसे ऐसे काम करवा देता है इंसान तो सोचते ही रह जाता है। तो संतों महापुरुषों ने अपने जीवन के अंदर नाम सिमरन और कीर्तन और आए गए की सेवा सभी साध संगत को गुरु चरणों से जोड़ा। बहुत बार ऐसा सुनने में आया, मैंने तो दर्शन नहीं किए, मैं आपको मंदभागी कहूँगा क्योंकि ऐसे महापुरुषों के दर्शन नहीं कर सका। कोई एक प्रेमी आया, उन्होंने कहा बाबा जी मेरे घुटनों में दर्द है, कमर में भी दर्द पड़ता है, चल नहीं सकता हूँ। संतों ने कह दिया बेटा जपजी साहब का पाठ किया कर, गुरु की आकर परिक्रमा किया कर, तेरा दुख दूर हो जाएगा। प्यार से बोलो सतनाम। अब चाहते तो अपने चरणों से भी जोड़ सकते थे, पर नहीं, गुरु के चरणों से जोड़ा, गुरु की वाणी से जोड़ा। जैसे ही उसने जपजी साहब प्रारंभ किया तो उसका घुटनों का दर्द धीरे धीरे कम होने लगा। गुरबाणी अपने आप में एक औषधि है, पर गुरु बाबा रहमत करे हमारा ऐसा विश्वास हो जाए। संतों का इस बात पर विश्वास था, औखद हर को नाम, उन्होंने इस बात पर दृढ़ विश्वास किया और गुरु पर भी पूर्ण तौर पर ऐसे महापुरुषों का विश्वास था। मन साचा मुख साचा सोए, अवर ना पेख है एकस बिन कोए, नानक एह लक्षण ब्रह्म ज्ञानी होए। ऐसे महापुरुष संत बाबा मूल सिंह जी, उनकी पावन सालाना याद में जो ये कीर्तन दरबार का पंडाल के अंदर पांचवा दीवान अखीरला समाप्ति वाला दीवान है, आओ हमारे सत्कार योग भाई साहब राकेश सिंह जी, गुरमीत सिंह जी का जत्था, जिन्होंने भाई साहब चतर सिंह जी का बहुत संग किया है, और जो इन्होंने कल शब्द पढ़ा ना, सदा रंगीला लाल प्यारा ए महिंजा आसरा। सच मानो भाई साहब 1978 में आए थे बाहर से, उन्होंने अपने आप ही बात बताई थी। संतों महापुरुषों की वर्षी लगती थी 21 जनवरी से 29 जनवरी तक, उनके अंदर एक बार भाई साहब जी ने ये शब्द गायन किया। अदि अम्मा जी ने बोला बेटा चतर सिंह ये शब्द एक बार फिर सुना दे, सदा रंगीला लाल प्यारा ए महिंजा आसरा। अब शाम का दीवान हुआ, संत सिंह जी मस्कीन जी, उन्होंने भाई साहब जी को चिट लिख कर भेज दी कि भाई साहब जी वो जो आपने कल शब्द पढ़ा था ना, सदा रंगीला लाल प्यारा ए महिंजा आसरा, फिर भाई साहब जी ने वो पढ़ा। उस वक्त सुनील अरोरा जी भी वहां पर थे, उन्होंने भी तीसरे दीवान में भाई साहब को कह दिया भाई साहब जी ये शब्द सुनाओ। कौन सा कौन सा? सदा रंगीला लाल प्यारा ए महिंजा आसरा। ये सभी का आसरा है। भाई साहब जी ने 9-8 दिनों में 5 बार वो शब्द पढ़ा था। कल जैसे ही इन्होंने शब्द पढ़ा, सच मानो उस जीवन में खो गए जिस जीवन में भाई साहब जी का बैठकर सामने कीर्तन सुनते थे। बहुत बहुत धन्यवाद।
भाई साहब जी का गुरु बाबा की इन पर ऐसी ही कृपा बनी रहे। आओ गुरु के कीर्तन से जुड़े और हरि जस सरवन करे। वाहिगुरु जी का खालसा वाहिगुरु जी की। वाहेगुरु वाहे गुरु
ਚਿਰ ਪਿਓ ਦਰਸ਼ਨ ਦੇਖੇ ਦਰਸ਼ਨ ਸੋ ਗੁਰੂ ਗੁਰੂ ਪਿਆਰੇ ਸਵਾਸ ਸਿੰਘ ਜੀ ਬਹੁਤ ਸਾਰੇ ਸ਼ਬਦੋਂ ਕੇ ਹੁਕਮ ਹੋਏ ਹੈ ਜੋ ਭਾਈ ਸਾਹਿਬ ਭਾਈ ਚਿੱਤਰ ਸਿੰਘ ਜੀ ਜੋ ਹਮਾਰੇ ਗੁਰੂ ਹਮਾਰੇ ਉਸਤਾਦ ਜੀ ਥੇ ਹੋਰ ਹੈਂ ਔਰ ਰਹੇਂਗੇ ਹਮੇਸ਼ਾ ਜੋ ਵੋ ਗਾਇਨ ਕਿਆ ਕਰਤੇ ਥੇ ਯਾ ਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਇਹ ਸ਼ਬਦੋਂ ਕੇ ਹੁਕਮ ਹੋਏ ਹੈ ਮੇਰੇ ਸ਼ਾਹ ਬ੍ਰਹਮ ਗਿਆਨੀ ਸੱਜੀਵੈ ਨਹੀਂ ਮਰਤਾ ਸੋ ਸਮੇਂ ਕੇ ਅੰਦਰ ਰਹਿਤੇ ਰਹਿਤੇ ਕੋਸ਼ਿਸ਼ ਕਰੇਂਗੇ ਕਿ ਸ਼ਬਦ ਸਭੀ ਗਾਇਨ ਕੀਏ ਜਾਏ ਯਾਹੂ ਜੁਗਤ ਬਿਹਾਨੇ ਯਾਹੂ ਜੁਗਤ ਬਿਹਾਨੇ ਬਿਹਾਨੇ ਜਨਮ ਨਾਮ ਰਾਖਦੇ ਆਪਨ ਕਰ ਕਰਮ ਨਾਨਕ ਰਾਖਦੇ ਨਾਨਕ ਰਾਖਦੇ ਹੋ
बिहाने बिहाने जन्म परमाने मन प्रतीत काल नारावे रात में आपन
बिहाने बिहाने गई जन्म नानक रात दे हो आपन कर करम नानक रात दे हो आपन कर करम नानक रात दे आपन कर करम मेरे शाह मैं हर दर्शन सुख हो मेरे तू जानता शाह
अवर का जाने होए अवर का जाने होए मेरे शाह मैं हर दर्शन
मेरे शाह ਸਪਨਾ ਵਿੱਚ ਤੂੰ ਮਰਦਾ ਸ਼ਾਹ ਸਪਨਾ ਵਿੱਚ ਸਭ ਤੁਝੇ ਦਿਆ ਬੈਂ ਸ਼ਾਹ ਸ਼ਾਹ ਸਪਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝੇ ਦਿਆਂ ਮੈਂ ਦਿਨ ਰਾਤ ਸਭ ਤੁਝੇ ਦਿਆਂ ਮੈਂ ਦਿਨ ਰਾਤ ਸਭ ਤੁਝੀ ਥਾਂ ਮੰਗਦੇ ਮੇਰੇ ਸ਼ਾਹ ਸਭ ਤੁਝੀ ਥਾਂ ਸਭ ਨਾ ਹੈ ਇੱਕ ਦਾਤ ਤੂੰ ਸਭ ਨਾ ਹੈ ਇੱਕ ਦਾਤ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਮੇਰੇ
ਸ਼ਾਹ ਮੈਂ ਹਰ ਦਰਸ਼ਨ
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭਨਾ ਸਭ ਕੁਛ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲਦਾ ਹੈ ਜੀਓ ਤੇਰੀ ਕੁਦਰਤ ਕੋ ਬਲਦਾ ਹੈ ਜੀਓ ਹਾਂ ਆਸ ਹੈ ਮੇਰੇ ਪਿਆਰੇ ਸਪਨਾ ਕੀ ਮੇਰੇ ਸ਼ਾਹ
ਗੋਪਾਲ ਗੋਬਿੰਦ ਆਪਣਾ ਨਾਮ ਜਪਾਵੋ ਹਰ 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 ਗੁਣ ਗਾਵੋ 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 ਵਾਹਿਗੁਰੂ 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 ਸੁਖ ਹੋਏ
ਹਮ ਦੀ ਬੇਦਲ ਤੂੰ ਜਾਣਤਾ ਸ਼ਾਹ ਹਮ ਦੀ ਤੂੰ ਜਾਣਤਾ ਸ਼ਾਹ ਅਵਰ ਕਿਆ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਸੋ ਇਤਨੀ ਖਾਜਰ ਪ੍ਰਵਾਨ ਕਰਨਾ ਜੀ ਬਾਣੀ ਪੜ੍ਹਦੇ ਹੋਏ ਕੀਰਤਨ ਕਰਦੇ ਹੋਏ ਬੇਦ ਪ੍ਰਕਾਰ ਕੀ ਬੋਲ ਚੁੱਕ ਹੋ ਜਾਤੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਆਪ ਸੰਗਤ ਬਖਸ਼ਣ ਬਖਸ਼ ਲੈਣਾ ਜੀ ਦਾਸ ਦਾ ਧੰਨਵਾਦੀ ਜੱਥਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਾ ਜਿਨ੍ਹਾਂ ਆਪ ਸੰਗਤ ਕੀ ਕੀਰਤਨ ਕੇ ਜ਼ਰੀਏ ਜੋ ਸੇਵਾ ਲਈ ਹੈ ਔਰ ਦਾਸ ਯਹਾਂ ਕੇ ਸਭੂ ਪ੍ਰਬੰਧਕ ਕਮੇਟੀ ਕਾ ਧੰਨਵਾਦੀ ਹੈ ਸੋ ਸਭੀ ਕਾ ਸੋ ਹੁਕਮ ਹੁਆ ਹੈ ਕਿ ਸ਼ਬਦ ਔਰ ਪੜਾ ਜਾਏ ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ ਸੋ ਆਪ ਸਭੀ ਨੇ ਸਾਥ ਮੇਂ ਗਾਣਾ ਹੈ ਜੀ ਬ੍ਰਹਮ ਗਿਆਨੀ ਸਦ ਜੀਵੈ ਬ੍ਰਹਮ ਗਿਆਨੀ ਸਦ ਜੀਵੈ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਸਦ ਜੀਵੈ ਬ੍ਰਹਮ ਗਿਆਨੀ ਸਤ ਜੀਵੈ ਸਤ ਜੀਵੈ ਨਹੀਂ ਮਰਤਾ
ਗਿਆਨੀ ਸਤ ਜੀਵੈ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਪੂਰਨ ਪੁਰਖ ਬੇਧਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਬੇਧਾਤਾ ਬ੍ਰਹਮ ਗਿਆਨੀ ਸਤ ਜੀਵੈ ਬ੍ਰਹਮ ਗਿਆਨੀ ਸਤ ਜੀਵੈ ਸਤ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਸਤ ਜੀਵੈ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਪੁਰਖ ਵਿਧਾਤਾ ਬ੍ਰਹਮ ਗਿਆਨੀ ਸਤ ਜੀਵੈ ਬ੍ਰਹਮ ਗਿਆਨੀ ਸਤ ਜੀਵੈ ਸਤ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਸਤ ਜੀਵੈ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ 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 ਗਿਆਨੀ ਸਤ ਜੀ ਬ੍ਰਹਮ ਗਿਆਨੀ ਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਤਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਆਪ ਨਿਰੰਕਾਰ ਬ੍ਰਹਮ ਗਿਆਨੀ ਸਤ ਜੀਵੈ
ਸਦ ਜੀਵੈ ਸਦ ਜੀਵੈ ਨਹੀਂ ਮਰਦਾ ਬ੍ਰਹਮ ਗਿਆਨੀ ਸਦ ਜੀਵੈ ਬ੍ਰਹਮ ਗਿਆਨੀ ਸਦ ਜੀਵੈ ਸਦ ਜੀਵੈ ਨਹੀਂ ਮਰਦਾ ਸਤ ਜੀ ਨੇ ਸੋਭਾ ਬ੍ਰਹਮ ਗਿਆਨੀ ਬਨੀ ਨਾਨਕ ਬ੍ਰਹਮ ਗਿਆਨੀ ਸਰਬ ਕਾਰਨੀ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ਹਾਂ ਸਰਬ ਕਾ ਧਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਰਬ ਕਾ ਧਨੀ ਬ੍ਰਹਮ ਗਿਆਨੀ ਸਦ ਜੀਵੈ ਬ੍ਰਹਮ ਗਿਆਨੀ ਸਦ ਜੀਵੈ ਸਦ ਜੀਵੈ ਨਹੀਂ ਮਰਦਾ ਸਤ ਜੀਵੈ ਬ੍ਰਹਮ ਗਿਆਨੀ ਸਤ ਜੀਵੈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਸਤ ਜੀਵੈ ਨਹੀਂ ਮਰਦਾ ਬ੍ਰਹਮ ਗਿਆਨੀ ਸਤ ਜੀਵੈ ਬ੍ਰਹਮ ਗਿਆਨੀ ਸਤ ਜੀਵੈ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਰ ਜਪੋ ਜੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ 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 ਵਾਹੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬ੍ਰਹਮ ਗਿਆਨੀ ਸਦ ਜੀਵੈ ਬ੍ਰਹਮ ਗਿਆਨੀ ਸਦ ਜੀਵੈ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਸਦ ਜੀਵੈ ਬ੍ਰਹਮ ਗਿਆਨੀ ਸਦ ਜੀਵੈ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਪੜੋ ਜੀ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਬ੍ਰਹਮ ਗਿਆਨੀ ਸਦ ਜੀਵੈ ਵਾਹਿਗੁਰੂ तो आप सभी संगत का बहुत बहुत धन्यवाद है जी। आप सभी ने कीर्तन में इतना साथ दिया है सो आप सभी का धन्यवाद। यहाँ की समूह प्रबंधक कमेटी का धन्यवाद, हमारी शक्ति दीदी जी का, अविनाश जी का, समूह प्रबंधक कमेटी का धन्यवाद है जी, जो आपने हुक्म किया था कि आपने साथ संगत की कीर्तन के राही सेवा करना है आके। सो हमारे सिख पंथ के महान कीर्तनीय भाई साहब भाई सुरेंद्र सिंह जी रायपुरे वाले आ चुके हैं। सो अगला प्रोग्राम उनसे श्रवण कीजिए जी। बुलाओ फतेह जी, वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह। ब्रह्म ज्ञानी सद जीव है नहीं मरता, मेरे साहा मैं हर दर्शन सुख होए, ਇਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇਹ ਆਪਨ ਕਰ ਕਰਮ ਨਾਮ ਸਿਮਰਨ। ਵਾਹਿਗੁਰੂ ਸਿਮਰਨ ਦੁਆਰਾ ਗੁਰੂ ਚਰਨੋਂ ਸੇ ਜੋੜਤੇ ਹੋਏ ਭਾਈ ਸਾਹਿਬ ਭਾਈ ਰਾਕੇਸ਼ ਸਿੰਘ ਜੀ ਕਾ ਜੱਥਾ, ਬੱਚਾ ਅਜੀਤ ਸਿੰਘ ਉਨਕਾ ਜੱਥਾ, ਜੋ ਬਹੁਤ ਹੀ ਗੁਰੂ ਬਾਬਾ ਕੀ ਸਾਧ ਸੰਗਤ ਕੀ ਉਨ ਪਰ ਕਿਰਪਾ ਹੈ, ਕੀਰਤਨ ਦੁਆਰਾ ਗੁਰੂ ਚਰਨੋਂ ਸੇ ਜੋੜ ਰਹੇ ਥੀ। ਇਨ ਬੱਚੋਂ ਕੇ ਚੜ੍ਹਦੀ ਕਲਾ ਕੇ ਲਈ ਏਕ ਪਿਆਰ ਕੇ ਸਾਥ ਚੜ੍ਹਦੀ ਕਲਾ ਵਾਲਾ ਜੈਕਾਰਾ ਵੀ ਹੋਣਾ ਚਾਹੀਏ। ਬੋਲੇ ਸੋ ਨਿਹਾਲ ਜਬ ਵੀ ਕੀਰਤਨ ਪਰ ਬੈਠਤੇ ਹੈ, ਸਭੀ ਕੀਰਤਨੀਏ ਜਥੇ ਤੋ ਹੈ ਤੋ ਗੁਰੂ ਕੇ ਲਾਲ, ਗੁਰੂ ਕੀ ਬਾਣੀ ਸੁਣਾਤੇ ਹੈ ਪਰ ਇਹ ਜਬ ਬੈਠਤੇ ਹੈ ਤੋ ਭਾਈ ਸਾਹਿਬ ਚਤਰ ਸਿੰਘ ਜੀ ਕੀ ਯਾਦ ਤੋ
समझो आही जाती है। बच्चों को देखकर बहुत मन खुश होता है। गुरु बाबा इनको ऐसे ही चढ़ती कला में रखें। आओ अभी हमारे अति सत्कार योग हमारे हरमन प्यारे हर दिल अजीज भाई साहब सुरेंद्र पाल सिंह जी का जत्था आप जी साथ संगत के सन्मुख जब तक अपना बाजा खोलें तब तक साथ संगत को पता ही है। जब तक हमारे भाई साहब जगजीत सिंह जी बबीहा जी दिल्ली वाले स्टेज पर नहीं आकर बैठते पांच मिनट जब तक कीर्तन नहीं सुनते हैं तब तक भाई साहब जी का जत्था आप साथ संगत को कथा कीर्तन द्वारा गुरु चरणों से जोड़ने का यत्न करेंगे। मुझे पता लगा भाई साहब जी का गला बहुत ही थका हुआ है पर इन्होंने कहा मैं आऊंगा संगत के दर्शन करूंगा संगत की नजरों नजर पड़ेगी मेरे पर तो मेरा गला अपने आप ही खुल जाएगा। पर जब तक भाई साहब जी आ जाते हैं तब तक साथ संगत को कथा कीर्तन द्वारा गुरु चरणों से जोड़ने का यत्न करेंगे। आप सभी हाजरियां भर रहे हो संत बाबा मूल सिंह जी की पावन सालाना याद में जो कीर्तन दरबार हो रहा है पांचवें दीवान की आगे समाप्ति की ओर ये दीवान बढ़ रहा है। गुरु बाबा कृपा करें दो दिन चार दीवानों में गुरु बाबा जी आप संत महापुरुष आप विच वर्त के सभी से संगतों से दासों से कीर्तनियों से सेवादारों से सभी आप सेवा ले रहे थे। गुरु बाबा आगे भी ऐसी सभी पर रहमत भरी निगाह बनाए रखेंगे तो साथ संगत एक चढ़ती कला वाला जयकारा भी भाई साहब के लिए जो भाई साहब जी का गला खुल जाए और अपने आप गुरु बाबा उनसे कीर्तन करवाए। बोले सो निहाल गुरु प्यारी साथ संगत जी हो आप बहुत वडभागी हो जो सवेरे से पंडाल में बैठे हो। एक और हाथ जोड़कर कृपा है आप पहले आए हो ना थोड़ा और आगे आ जाओ ताकि जो पीछे आए हैं उनको आगे बैठने की जगह ना मिले वो पीछे ही बैठे। बहुत साथ संगत पीछे खड़ी है पर वो आगे आना चाहती है लेकिन आप पहले आए हो तो आप आगे आगे आ जाओ। मेरे भाइयों से भी विनती है कि वो आगे आगे आए जो पीछे आते हैं वो पीछे बैठेंगे। आप पहले आए हो तो कम से कम आगे आगे आ जाओ ताकि जो पीछे संगत और आ रही है वो भी कीर्तन का बैठकर आनंद ले। और एक जरूरी सूचना हर साल की तरह आप सभी को हमारा भाई हीरानंद कीमतराम आसवानी इनवाइट करते हैं सूचना देते हैं जिन्हें हम प्यार से डब्बू भी भैया बुलाते हैं शाम को इसी स्थान पर 8:30 बजे से माता की चौकी का आयोजन भी किया गया है। आप सभी उसी में भी शिरकत जरूर करना। वाहिगुरु जी का खालसा वाहिगुरु जी की फतेह। वाहिगुरु 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 वाहिगुरु।
Vai, 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 vai
Yeah.
बैठ जा मेरा कृपा बैठ जा मेरा कित पावे दिल जा मेरा कित पावे दिल जा मेरा परदेसिया
ਧਿਆਨ ਰੱਖਣਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਹਮ ਆਦਮੀ ਹਾਂ ਇੱਕਦਮ ਮੋਹਲਤ ਮੋਹਤ ਨਾ ਜਾਣਾ। ਨਾਨਕ ਬਿਨਵੇ ਤਿਸੈ ਸਰੇਵ ਜਾ ਕੇ ਜੀ ਪਰਾਣ। ਆਜ ਯੇ ਸੰਜੋਗ ਬਣਾ ਆਪ ਸੰਗਤ ਕੇ ਦਰਸ਼ਨ ਹੋਏ, ਪਰ ਫਿਰ ਪਤਾ ਨਹੀਂ ਆਨੇ ਵਾਲਾ ਪਲ, ਆਨੇ ਵਾਲਾ ਦਿਨ, ਆਨੇ ਵਾਲਾ ਮਹੀਨਾ, ਆਨੇ ਵਾਲਾ ਸਾਲ, ਕਿਸੇ ਕਾ ਕੁਛ ਨਹੀਂ ਪਤਾ। ਉਚਾਰਨ ਕਰੋ ਸਤਨਾਮ। ਗੁਰੂ ਬਾਬਾ ਜੀ ਕਹਿੰਦੇ ਹੈ, ਤੂੰ ਪਰਦੇਸੀ ਹੈ, ਪਰਦੇਸੀ ਕੁਛ ਪਲ ਕੇ ਲਈ, ਕੁਛ ਟਾਈਮ ਕੇ ਲਈ ਯਹਾਂ ਆਇਆ। ਹਾਂ ਆਇਆ ਹੈ ਤੂੰ ਕਮਾ ਲੈ ਕੁਛ, ਔਰ ਕਿਆ ਕਮਾ, ਨਾਮ ਕਮਾ ਲੇ, ਬੰਦਗੀ ਕਮਾ ਲੇ, ਪਰੋਕਾਰ ਕਮਾ ਲੇ, ਭਲਾ ਕਰ ਜਾ। ਜਿਨ ਮਹਾਂਪੁਰਸ਼ੋਂ ਕੀ ਯਾਦ ਮੇਂ ਬੈਠੇ ਨਾ, ਕਿਸ ਲਈ, ਕਿਉਂਕਿ ਉਹਨਾਂ ਨੇ ਨਾਮ ਕਮਾਇਆ, ਬੰਦਗੀ ਕਮਾਈ, ਗੁਰੂ ਸੇ ਹਮੇ ਜੋੜ ਦੀਏ। ਚਾਹੇ ਸਰੀਰ ਕਰਕੇ ਵੋ ਨਾ ਰਹੇ, ਪਰ ਵੋ ਅਮਰ ਹੈ ਹਮੇਸ਼ਾ। ਚਰਨ ਕਰੋ ਸਤਨਾਮ। ਮੇਲਾ ਸੰਜੋਗੀ ਰਾਮ, ਮੇਲਾ ਸੰਜੋਗੀ ਰਾਮ, ਮੇਲਾ ਸੰਜੋਗੀ ਰਾਮ, ਮੇਲਾ ਸੰਜੋਗੀ ਰਾਮ। ਇਤਨਾ ਉੱਚਾ ਮੇਰਾ ਗਲਾ ਨਹੀਂ ਚੱਲ ਰਿਹਾ, ਪਰ ਆਪਕਾ ਉਤਸ਼ਾਹ ਅਰਦਾਸ ਬਹੁਤ ਉੱਚਾ ਸੁਣ ਰਿਹਾ, ਬੋਲ ਨਹੀਂ ਪਾ ਰਹਾ, ਪਰ ਗਾ ਰਹਾ, ਗਵਾ ਰਹੇ। ਮੇਲਾ ਸੰਜੋਗੀ ਰਾਮ, ਮੇਲਾ ਸੰਜੋਗੀ ਰਾਮ, ਮੇਲਾ ਸੰਜੋਗੀ ਰਾਮ, ਮੇਲਾ ਸੰਜੋਗੀ ਰਾਮ। ਨਦੀਆਵਾ ਵਿਛੁੰਨਿਆ, ਨਦੀਆਵਾ ਵਿਛੁੰਨਿਆ, ਨਦੀਆਵਾ ਵਿਛੁੰਨਿਆ, ਨਦੀਆਵਾ ਛੁੰਨਿਆ, ਮੇਲਾ ਸੰਜੋਗੀ ਰਾਮ, ਮੇਲਾ ਸੰਜੋਗੀ ਰਾਮ, ਮੇਲਾ ਸੰਜੋਗੀ ਰਾਮ, ਮੇਲਾ ਸੰਜੋਗੀ ਰਾਮ। ਨਦਿਆਵਾ ਵਿਛੁੰਨਿਆ, ਨਦਿਆਵਾ ਵਿਛੁੰਨਿਆ, ਨਦਿਆਵਾ ਵਿਛੁੰਨਿਆ, ਨਦਿਆ ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਮੇਰੇ ਜੀਵਿਆ ਮੇਰੇ ਜੀਵਿਆ ਪਿਛਲੇ ਸਮੇਂ ਮੈਂ ਦੀਵਾਨ ਮੈਂ ਇੱਕ ਬੜੀ ਪਿਆਰੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇ ਜੀਵਨ ਸੀ ਗਾਥਾ ਸੰਗਤ ਮੈਂ ਸੁਣਾਇਆ ਪਰ ਆਜ ਸੰਗਤ ਕੀ ਗਿਣਤੀ ਬਹੁਤ ਹੈ ਤੋ ਮਨ ਕਰਤਾ ਹੈ ਕਿ ਵੋ ਬਾਤ ਵੋ ਵਿਚਾਰ ਫਿਰ ਆਪਸੇ ਸਾਂਝ ਕਰੂੰ ਇੱਕ ਫਕੀਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇ ਲਈ ਦਰਸ਼ਨ ਕੇ ਲੀਏ